ਮਾਮਲਾ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸਮਰਾਲਾ ਚੌਂਕ ਦੇ ਨੇੜੇ ਡਾਕਟਰ ਦੀ ਦੁਕਾਨ ਤੇ ਭਿਆਨਕ ਅੱਗ ਲੱਗ ਜਾਂਦੀ ਹੈ। ਉਧਰੀ ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਤਸਵੀਰਾਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਸਮਰਾਲਾ ਚੌਂਕ ਨਜ਼ਦੀਕੀ ਡਾਕਟਰ ਦੀ ਦੁਕਾਨ ਤੇ ਅੱਗ ਲੱਗੀ ਹੈ। ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਲੁਧਿਆਣਾ ਲਾਈਵ ਦੇ ਲਈ ਅਮਿਤ ਥਾਪੜ ਦੀ ਰਿਪੋਰਟ। ਅੱਜ ਸ਼ਿੰਗਾਰ ਰੋਡ 'ਤੇ ਦੰਦਾਂ ਦੀ ਦੁਕਾਨ ਨੂੰ ਜਿਹੜੀ ਹੈ ਉਹ ਅੱਗ ਲੱਗੀ ਹੈ। ਜਦੋਂ ਹੀ ਮੌਕੇ 'ਤੇ ਪਤਾ ਲੱਗਿਆ ਅਤੇ ਅਫਸਰਾਂ ਨੂੰ ਹਦਾਇਤ ਕੀਤੀ ਗਈ ਅਤੇ ਉਸੇ ਟਾਈਮ ਮੌਕੇ 'ਤੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ। ਉਹ ਥਾਣੇ ਸੰਬੰਧਿਤ ਥਾਣੇ ਦੀ ਜਿਹੜੀ ਟੀਮ ਪਹੁੰਚੀ ਹੈ ਅਤੇ ਅੱਗ ਨੂੰ ਜਿਹੜਾ ਫਾਇਰ ਬ੍ਰਿਗੇਡ ਵੱਲੋਂ ਕਾਬੂ ਪਾਇਆ ਗਿਆ। ਮਹਾਜ 15 ਮਿੰਟ ਦੇ ਵਿੱਚ ਹੀ ਜਿਹੜਾ ਅੱਗ ਨੂੰ ਕਾਬੂ ਪਾਇਆ ਗਿਆ। ਇਹ ਦੰਦਾਂ ਦੀ ਦੁਕਾਨ ਸੀਗੀ। ਸਵੇਰੇ ਕੋਈ ਜਦੋਂ ਦੁਕਾਨ ਖੋਲ੍ਹਣ ਲੱਗਿਆ ਕੋਈ ਸ਼ੋਰਟ ਸਰਕਟ ਹੋਇਆ ਅਤੇ ਉਹਦੇ ਨਾਲ ਜਿਹੜੀ ਅੱਗ ਹੈ ਉਹ ਲੱਗ ਗਈ। ਪੀਵੀਸੀ ਦੇ ਕਾਰਨ ਹੈ ਜਿਹੜੀ ਅੱਗ ਨੂੰ ਜਿਹੜੀ ਆ ਉਹ ਜ਼ਿਆਦਾ ਪਕੜ ਪਈ ਆ। ਥੋੜ੍ਹਾ ਜਿਹਾ ਹੀ ਹਲੇ ਚੈੱਕ ਕਰ ਰਿਹਾ, ਸੰਬੰਧਿਤ ਅਧਿਕਾਰੀ ਹਲੇ ਚੈੱਕ ਕਰ ਰਿਹਾ ਅਤੇ ਉਹ ਕਰਕੇ ਜਦੋਂ ਰਿਪੋਰਟ ਬਣਾਉਣਗੇ ਉਹਦਾ ਪਤਾ ਲੱਗੇਗਾ ਵੀ ਕਿੰਨਾ ਕੁ ਜਿਹੜਾ ਨੁਕਸਾਨ ਹੈ ਉਹ ਹੋਇਆ। ਪਰ ਅੱਗ 'ਤੇ ਕਾਬੂ ਹੈ ਜਿਹੜਾ ਉਹ ਪਾ ਲਿੱਤਾ ਗਿਆ। ਹਾਂਜੀ, ਇਹ ਜੀ ਆਪਣਾ ਅਸੀਂ ਪਾਣੀ ਭਰਨ ਲਈ ਦੁਕਾਨ ਖੋਲ੍ਹੀ ਹੈ, ਅੰਦਰ ਤਾਰ ਦਾ ਸਪਾਰਕ ਹੋਇਆ ਜਿਹਦੇ ਨਾਲ ਅੱਗ ਲੱਗੀ ਹੋਈ ਸੀ ਅਤੇ ਫਟਾਫਟ ਅਸੀਂ ਮਤਲਬ ਕਿ ਇਹਨਾਂ ਨੂੰ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਹੈ ਅਤੇ ਇਹ 10-15 ਮਿੰਟ 'ਚ ਆ ਗਏ ਨੇ ਅਤੇ ਇਹਨਾਂ ਨੇ ਅੱਗ ਨੂੰ ਕਾਬੂ ਪਾ ਲਿਆ ਹੈ। ਇਹਦੇ ਕਰਕੇ ਵੀ ਬਚਾਅ ਕਾਫੀ ਹੋ ਗਿਆ, ਨਾਲ ਦੇ ਆਸ ਪਾਸ ਦੁਕਾਨਾਂ ਨੂੰ ਵੀ ਬਹੁਤ ਰਾਹਤ ਮਿਲੀ ਹੈ, ਬਚਾਅ ਹੋਇਆ। ਕਾਰਨ ਬਸ ਚੁਵਿਆਂ ਕਰਕੇ ਤਾਰ ਸਪਾਰਕ ਹੋਈ ਹੈ। ਮਾਲਕ ਆ ਰਹੇ ਨੇ, ਡਾਕਟਰ ਸਾਹਿਬ ਨੂੰ ਫੋਨ ਕੀਤਾ, ਡਾਕਟਰ ਸਾਹਿਬ ਆ ਰਹੇ ਨੇ। ਬਸ ਇਹ ਡਾਕਟਰ ਸਾਹਿਬ ਰਹਿੰਦੇ ਮਾਡਲ ਟਾਊਨ ਰਹਿੰਦੇ ਨੇ। ਸਰ 7:25 'ਤੇ ਸਾਨੂੰ ਇਤਲਾਹ ਆਈ ਕਿ ਸਮਰਾਲ ਚੌਂਕ ਨੇੜੇ ਡਾਕਟਰ ਚੰਦਰ ਪ੍ਰਕਾਸ਼ ਦੰਦਾਂ ਦੇ ਡਾਕਟਰ ਦੇ ਦੁਕਾਨ ਦੇ ਵਿੱਚ ਅੱਗ ਆ। ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਅਤੇ 15 ਕੁ ਮਿੰਟਾਂ 'ਚ ਅੱਗ 'ਤੇ ਜਿਹੜਾ ਕਾਬੂ ਪਾ ਲਿਆ। ਸਰ 2 ਗੱਡੀਆਂ ਲੈ ਕੇ ਆਏ, ਫਿਲਹਾਲ ਅੱਧੀ ਕੁ ਗੱਡੀ ਨਾਲ ਹੀ ਕੰਮ ਜਿਹੜਾ ਕਾਬੂ ਪਾ ਲਿਆ। ਸਰ ਇਹ ਨੁਕਸਾਨ ਤਾਂ ਮਾਲਕ ਹੀ ਦੱਸ ਸਕਦੇ ਜੀ। ਸਰ ਇਹ ਨਹੀਂ, ਹਲੇ ਤਾਂ ਬਸ ਅੱਗ ਬੁਝਾ ਕੇ ਹਟੇ ਹਾਂ, ਇਹ ਤਾਂ ਬਾਕੀ ਦੇਖਿਆ ਜਾਊਗਾ। ਸੱਚ ਸਰ 1 ਗੱਡੀ ਨਾਲ ਹੀ ਹੋ ਗਿਆ ਤਕਰੀਬਨ ਕੰਮ ਜਿਹੜਾ। ਭਾਅ ਜੀ ਮੈਂ ਰੋਜ਼ ਦੁਕਾਨ ਖੋਲ੍ਹਦਾ, ਮੈਨੂੰ 15 ਸਾਲ ਹੋ ਗਏ ਦੁਕਾਨ ਖੋਲ੍ਹਦੇ ਨੂੰ। ਹਾਂਜੀ, ਮੇਰਾ ਨਾਮ ਰਿੱਕੀ ਮਹਿਤਾ ਜੀ, ਇਹ ਡੈਂਟਲ ਦੀ ਦੁਕਾਨ ਹੈ ਜੀ। ਹਾਂਜੀ ਹਾਂਜੀ, ਮੈਂ ਪਾਣੀ ਭਰਦਾ ਵੀ ਪਿੱਛੇ ਫਿਲਟਰ ਲੱਗਾ ਜੀ, ਵਾਟਰ ਕੂਲਰ ਰੋਜ਼ ਭਰਦਾ। ਦੇਖਿਆ ਜੀ ਤਾਰਾਂ ਨੂੰ ਅੱਗ ਲੱਗੀ, ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ, ਡਾਕਟਰ ਸਾਹਿਬ ਨੂੰ ਪਲੱਗ ਕਿੱਥੇ ਆ, ਜਦ ਤੱਕ AC ਨੂੰ ਅੱਗ ਫੜ ਲਈ ਉਹਨੇ, ਸਾਰੀ ਅੱਗ ਮੱਚ ਗਈ ਜ਼ਿਆਦਾ। ਹਾਂਜੀ, ਮੇਰੀ ਨਾਲ ਦੁਕਾਨ ਹੈ ਪੰਜਾਬ ਫਰਨੀਚਰ। ਨਹੀਂ ਪਤਾ ਨਹੀਂ ਲੱਗਿਆ ਜੀ, ਇਹ ਕੋਈ ਤਾਰ ਹੀ ਸ਼ੋਰਟ ਹੋਈ ਹੈ ਜੀ ਅੰਦਰੋਂ, ਕਿਉਂਕਿ ਉੱਪਰੋਂ ਚੂਹਾ ਡਿੱਗਾ, ਚੂਹੇ ਨਾਲ ਤਾਰ ਸ਼ੋਰਟ ਹੋਈ ਹੈ ਕੋਈ। ਨੁਕਸਾਨ ਕਾਫੀ ਹੋ ਗਿਆ ਜੀ, ਲੱਖਾਂ ਦਾ ਨੁਕਸਾਨ ਹੋ ਗਿਆ ਜੀ, ਸਾਰੀ ਦੁਕਾਨ ਸੜ ਗਈ ਜੀ। ਅਜੇ ਤੱਕ ਡਾਕਟਰ ਸਾਹਿਬ ਆਉਣਗੇ ਦੱਸਣਗੇ ਜੀ।